ਰਾਜ ਲਿਆ ਰਹੇ ਹਾਂ। ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਸਾਡੇ ਪੈਸੇ ਰੁਪਈਏ ਦੀ ਕੀਮਤ 13 ਰੁਪਈਏ ਸੀ ਇੰਗਲੈਂਡ ਦੇ ਵਿੱਚ। ਅੱਜ ਦਾ ਤੁਸੀਂ ਹਿਸਾਬ ਲਾ ਲਓ, ਉੱਧਰ ਦਾ ਇੱਕ ਡਾਲਰ ਹੋਵੇ ਤਾਂ ਸਾਡਾ 6 ਬੰਦਾ ਅਸੀਂ ਕਿੰਨਾ ਥੱਲੇ ਚਲ ਗਿਆ। ਜੀ ਮੇਰਾ ਨਾਮ ਜਗਜੀਤ ਸਿੰਘ ਹੈ ਜੀ, ਵੇਰਕਾ ਕੈਟਲਫੀਡ ਪਲਾਂਟ ਆਊਟਸੋਰਸ ਯੂਨੀਅਨ ਘਨੀਆ ਕੇ ਬਾਂਗੜ ਮੈਂ ਪ੍ਰਧਾਨ ਹਾਂ ਜੀ। ਅੱਜ ਸਾਡੀ ਜਥੇਬੰਦੀ ਵੱਲੋਂ ਪੂਰੀ ਹੀ ਮਿਲਕ ਫੈਡ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ, ਜਾਂ ਸੀ ਟੀ ਸੀ ਹੋਵੇ, ਜਾਂ ਵਰਕਰ ਯੂਨੀਅਨ ਕਨਫਰੰਟੇਸ਼ਨ ਹੋਵੇ, ਜਾਂ ਆਊਟਸੋਰਸ ਜਥੇਬੰਦੀ ਵੱਲੋਂ ਹੋਵੇ, ਅੱਜ ਦੇ ਦਿਨ ਗੇਟ ਰੈਲੀਆਂ ਦਾ ਐਲਾਨ ਕੀਤਾ ਗਿਆ ਸੀਗੀ। ਉਹਦੇ ਵਿੱਚ ਸਾਡੀ ਕੈਟਲਫੀਡ ਪਲਾਂਟ ਘਨੀਆ ਕੇ ਬਾਂਗੜ ਵੱਲੋਂ ਵੀ ਸਮੂਹ ਜਥੇਬੰਦੀਆਂ ਵੱਲੋਂ ਅੱਜ ਸਾਂਝੇ ਤੌਰ 'ਤੇ ਇੱਕੋ ਬੈਨਰ ਹੇਠਾਂ ਗੇਟ ਰੈਲੀਆਂ ਕੀਤੀ ਗਈ। ਉਹਦੇ ਵਿੱਚ ਵਰਕਰਾਂ ਨੂੰ ਵੀ ਦੱਸਿਆ ਗਿਆ ਕਿ ਸੀ ਟੀ ਸੀ ਦੇ ਕਾਰਨ ਕੀ ਹਨ, ਇਹ ਸੀ ਟੀ ਸੀ ਨੂੰ ਕਿਉਂ ਬੰਦ ਕਰਾਉਣਾ ਚਾਹੁੰਦੇ ਹਾਂ। ਇਹ ਸੀ ਟੀ ਸੀ ਦੇ ਬਹੁਤ ਹੀ ਮਾੜੀ ਨੀਤੀ ਆ ਸਰਕਾਰ ਵੱਲੋਂ ਵੀ। ਇਹਦੇ ਪੂਰੇ ਹੀ ਪੰਜਾਬ ਦੇ ਵਿੱਚ ਜਿੰਨੇ ਵੀ ਦਫ਼ਤਰ ਨੇ ਜਾਂ ਹੋਰ ਵਿਭਾਗ ਨੇ ਉੱਥੇ ਕਿਤੇ ਨਹੀਂ ਲਾਗੂ ਹੁੰਦੀ, ਸਿਰਫ ਇੱਕੋ ਹੀ ਵਿਭਾਗ ਆ, ਇਹ ਮਿਲਕ ਫੈਡ ਦਾ ਵਿਭਾਗ ਆ ਜਿੱਥੇ ਸੀ ਟੀ ਸੀ ਲਾਗੂ ਹੁੰਦੀ ਆ। ਇਹ ਬਹੁਤ ਹੀ ਮਾੜੀ ਨੀਤੀ ਆ ਵਰਕਰਾਂ ਵਾਸਤੇ ਵੀ। ਇਹਨੂੰ ਪੂਰੀ ਹੀ ਜਥੇਬੰਦੀਆਂ ਵੱਲੋਂ, ਪੂਰੇ ਹੀ ਕਨਫਰੰਟੇਸ਼ਨ ਵੱਲੋਂ, ਪੂਰੇ ਸਮੂਹ ਜਥੇਬੰਦੀਆਂ ਵੱਲੋਂ ਇਹਨੂੰ ਬੰਦ ਕਰਵਾਉਣਾ ਚਾਹੁੰਦੇ ਆ। ਇਹਨੂੰ ਬੰਦ ਕਰਾਉਣ 'ਤੇ ਸਮੂਹ ਜੋ ਵਰਕਰਾਂ ਨੂੰ ਫਾਇਦਾ ਹੋਵੇ, ਇਹਦੇ ਵਿੱਚ ਵਰਕਰਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ, ਸਿਰਫ ਉੱਪਰਲੇ ਲੈਵਲ ਨੂੰ ਫਾਇਦਾ ਹੁੰਦਾ ਵਾ। ਜੇ ਇਹਦੇ ਵਿੱਚ ਇੱਕ ਹੋਰ ਚੀਜ਼ ਆ, ਜੇ ਸਾਡੇ ਪਲਾਂਟ ਪ੍ਰੋਫਿਟ 'ਚ ਹਨ ਫਿਰ ਸਾਨੂੰ ਕੁਛ ਮਿਲੂਗਾ, ਜੇ ਸਾਡੇ ਪਲਾਂਟ ਪ੍ਰੋਫਿਟ 'ਚ ਨਹੀਂ ਹਨ ਸਾਨੂੰ ਕੁਛ ਨਹੀਂ ਮਿਲੂਗਾ। ਇਹ ਸੀ ਟੀ ਸੀ ਨੇ ਸਾਡੀਆਂ ਪੁਰਾਣੀਆਂ ਵਕੈਂਸੀਆਂ ਵੀ ਬੰਦ ਕਰ ਦਿੱਤੀਆਂ। ਸਾਡੇ ਪਲਾਂਟ ਦੇ ਵਿੱਚ ਕੈਟਲਵੀਰ ਪਲਾਂਟ ਨੂੰ ਲਾ ਲਓ, ਹਿਸਾਬ ਲਾ ਲਓ, ਇਹਦੇ ਵਿੱਚ ਜਿੰਨੀਆਂ ਪੁਰਾਣੀਆਂ ਵਕੈਂਸੀਆਂ ਹੈਗੀਆਂ 30 ਤੋਂ 35 ਸਾਡੀਆਂ ਪੋਸਟਾਂ ਵੀ ਖਤਮ ਕਰ ਦਿੱਤੀਆਂ ਸੀ ਟੀ ਸੀ ਨੇ। ਇਹ ਤਾਂ ਪੂਰੇ ਜਥੇਬੰਦੀਆਂ ਵੱਲੋਂ ਅੱਜ ਵੀ ਸਾਡੇ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਮੀਟਿੰਗ ਚੱਲ ਰਹੀ ਆ। ਅਸੀਂ ਪੂਰੇ ਜਥੇਬੰਦੀਆਂ ਨੇ ਕੌਲ ਦਿੱਤੀ ਸੀ 24 ਦੇ ਮੁਹਾਲੀ ਪਲਾਂਟ ਨੂੰ ਬੰਦ ਕਰਾਂਗੇ 24 ਤਰੀਕ ਨੂੰ ਕੌਲ ਦਿੱਤੀ। ਜੇ ਸੀ ਟੀ ਸੀ ਨਾ ਰੱਦ ਹੋਈ, ਇਹਨੂੰ ਧਰਨੇ ਨੂੰ ਹੋਰ ਅੱਗੇ ਵਧਾਵਾਂਗੇ। 26 ਤਰੀਕ ਨੂੰ ਵੀ ਸਾਡੀ ਜਥੇਬੰਦੀ ਵੱਲੋਂ ਵੇਰਕਾ ਆਊਟਸੋਰਸ ਮੁਲਾਜ਼ਮਾਂ ਵੱਲੋਂ ਵੀ ਕੌਲ ਦਿੱਤੀ ਗਈ ਆ ਇਸ ਸੀ ਟੀ ਸੀ ਨੂੰ ਰੱਦ ਕਰਵਾਉਣ ਨੂੰ। ਪੂਰੇ ਹੀ ਪੰਜਾਬ ਦੇ ਮਿਲਕ ਫੈਡ ਦੇ ਜਿੰਨੇ ਵੀ ਪਲਾਂਟ ਹਨ ਉਹਨਾਂ ਨੂੰ 26 ਤਰੀਕ ਨੂੰ ਪੂਰੇ ਤੌਰ 'ਤੇ ਬੰਦ ਕਰ ਦਿੱਤਾ ਜਾਏਗਾ। ਇਹਨੂੰ ਜੋ ਵੀ ਘਾਟਾ ਹੋਊਗਾ ਉਹ ਮਿਲਕ ਫੈਡ MD ਜਾਂ ਚੇਅਰਮੈਨ ਪੂਰਾ ਕਰੂਗਾ ਇਸ ਘਾਟੇ ਨੂੰ, ਅਤੇ ਜੋ ਵੀ ਨੁਕਸਾਨ ਹੋਊਗਾ ਉਹ ਮੈਨੇਜਮੈਂਟ ਅਤੇ ਮਿਲਕ ਫੈਡ ਦਾ ਹੋਊਗਾ। ਸੀ ਟੀ ਸੀ ਰੱਦ ਕਰੋ, ਸਾਡਾ ਏਕਾ ਜਿੰਦਾਬਾਦ।